ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਹੈ? ਉਮੀਦ ਕਰਨਾ ਸਭ ਦੋਸਤ ਖੈਰੀਏ ਨਾਲ ਹੋਣਗੇ। ਅੱਲਾ ਪਾਕ ਦੇ ਕਰਮ ਦੇ ਫਲ ਦੇ ਨਾਲ ਆਈ ਵੀਡੀਓ ਦੀ ਗੱਲ ਕਰਨੇ ਆ। ਅਗਰ ਤੁਹਾਨੂੰ ਸਾਡੇ ਚੈਨਲ ਲਿਆਉਣ ਲਈ ਵਲੋਗ ਸਬਸਕ੍ਰਾਈਬ ਨਹੀਂ ਤਾਂ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦਾ ਬਟਨ ਜ਼ਰੂਰ ਪਾਓ ਤਾਂ ਕਿ ਸਾਡੇ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਅੱਜ ਦੀ ਤੁਹਾਡੇ ਨਾਲ ਰੂਟੀਨ ਸ਼ੇਅਰ ਕਰਨੇ ਆ। ਅੱਜ ਪ੍ਰੋਗਰਾਮ ਹੈ ਪਹਿਲੀ ਨਾ ਵਾਹਨ ਵੂਹਨ ਦਾ, ਜਦੋਂ ਤਾਜ ਨੂੰ ਆਖਿਆ ਸੀ ਉਸ ਵਾਲੀ ਡਰਾਈਵਰ ਨੇ ਹੀ ਗੱਲ 'ਤੇ ਆਇਆ ਹੈ। ਲੈ ਟਰੈਕਟਰ ਵੀ ਗਿਆ ਸੀ ਕਿਤੇ ਕੰਮ ਕੁੰਮ ਕਰਾਉਣ, ਟਰੈਕਟਰ 'ਤੇ ਆ ਗਿਆ ਅਤੇ ਹੁਣ ਅੱਜ ਡਰਾਈਵਰ ਆਉਂਦਾ ਸਿਰ ਪੈਰੀ ਬਹਾਨੇ ਆ ਅਤੇ ਕੰਮ ਅੱਲਾ ਖੈਰ ਕੀਤੀ ਤੁਰਦਾ। ਪਰਸੋਂ ਚੌਥ ਤੱਕ ਫਿਰ ਬਿਜਾਈ ਹੋਈ ਹੈਗੀ। ਸੁਬਹਾ ਸੁਬਹਾ ਦਾ ਟਾਈਮ ਹੈ, ਤੁਹਾਨੂੰ ਪਿੰਡ ਦਾ ਨਜ਼ਾਰਾ ਕਰਾਉਂਦੇ ਹਾਂ। ਸਭ ਤੋਂ ਪਹਿਲਾਂ ਤਾਂ ਚੜ੍ਹਦੇ ਸੂਰਜ ਦਾ ਨਜ਼ਾਰਾ, ਜੇ ਅਗਰ ਸੂਰਜ ਨਿਕਲਦਾ ਪਿਆ ਇੱਕ ਕਮਾਲ ਦਾ ਮੰਜ਼ਰ ਹੈ ਮਾਸ਼ਾਅੱਲਾ। ਪੱਠੇ ਵੀ ਮੇਰੇ ਜਿਹੜੇ ਨਾ ਮਾਸ਼ਾਅੱਲਾ ਹੋ ਹੀ ਗਏ ਨੇ ਤਕਰੀਬਨ, ਥੋੜ੍ਹੇ ਜਿਹੇ ਲੇਟ ਹੋ ਗਏ ਨੇ। ਅੱਛਾ ਜੀ, ਮੇਰੇ ਕੋਲ ਨਾ ਗਲਤੀ ਹੋ ਗਈ, ਮੈਂ ਖੱਥਲੇ ਖਾਦ ਨਹੀਂ ਪਾਈ ਆਈ ਡੀ ਏ ਪੀ ਨਾ ਉਹਦੀ ਵਜ੍ਹਾ ਤੋਂ। ਬਾਕੀ ਖੈਰ ਅੱਲਾ ਖੈਰ ਕੀਤੀ ਤਾਂ ਹੋ ਗਏ ਨੇ ਮਾਸ਼ਾਅੱਲਾ। ਹੁਣ ਤਾਂ ਖੱਤੇ ਵਿੱਚ ਵੀ ਹਲੇ ਹੋਲ ਹੋ ਗਈ ਹੈ, ਸਹੀ ਰੋਦਨ ਬੀਜਿਆ ਹੈ। ਚੈੱਕ ਕਰੋ ਨਾ ਖੱਤੇ ਹੋਈ, ਸਾਰੇ ਜੀ ਹਰਿਓਲ ਹੋਈ ਹੈ ਹੁਣ ਤਾਂ ਸਹੀ। ਇਹ ਖੱਤਾ ਜਿਹੜਾ ਦਿਨ ਬੀਜਿਆ ਸੀ ਮੈਂ, 12-13 ਦਿਨ ਹੋਏ ਨੇ ਸਹੀ ਹਰਿਓਲ ਕਰ ਗਿਆ। ਸਟਾਲ ਆ ਜਾਣਾ, ਫੁੱਲ ਹੁਣ ਹੋਇਆ ਬੰਦਾ ਖੈਰ ਕੀਤੀ ਅਤੇ 8-10 ਦਿਨਾਂ ਦਾ ਖੱਤ ਖਾਣ ਵਾਲਾ ਹੋ ਜਾਣਾ ਸਹੀ। ਹਾਂਜੀ, ਸੁਣਾਓ ਕੀ ਹਾਲ ਚਾਲ? ਠੀਕ ਹੋ? ਹੋਰ ਮੁੰਜੀ ਸੁੰਜੀ ਚੰਗੀ ਹੋ ਗਈ ਹੈ? ਚਲੋ ਅਗਲਾ ਪਾਸੇ ਸਿੱਧੇ ਹੋ ਹੀ ਗਏ ਨੇ ਨਾ। ਹਾਂ ਉਹ ਤਾਂ ਫਿਰ ਹੈ, ਚਲੋ ਹੁਣ ਐਵੇਂ ਹੀ ਹੈ ਨਾ ਬਸ। ਇੱਥੇ ਜੇ ਬੂਟਾ ਵੀ ਲੱਗਿਆ ਐਵੇਂ ਤੈਨੂੰ ਖਾਂਦੇ ਆ, ਇਹ ਵੀ ਆਰਾਮ ਨਾਲ ਬਹਿੰਦਾ ਹੈ ਗੱਡੀ ਹਰ ਚੀਜ਼ ਬੂਹੇ ਅੱਗੇ ਆਉਂਦੀ ਸਾਡਿਆਂ ਦੇ। ਯਾਰ ਮੈਨੂੰ ਪਤਾ, ਮੈਂ ਕਮਰਾ ਚ ਪੱਠੇ ਲਿਆਉਂਦਾ ਤੇ ਆ ਕੇ ਸੂਏ ਉੱਤੇ ਮੈਂ ਖਲੋ ਜਾਣਾ, ਹੁਣ ਇੱਧਰ ਨੂੰ ਜਾਵਾਂ ਕਿ ਇੱਧਰ ਨੂੰ ਜਾਵਾਂ? ਹਾਂ ਬਿਲਕੁਲ, ਸਾਬੀ ਨੇ ਭਾ ਖਲੋ ਰਿਹਾ, ਮੈਂ ਯਾਰ ਫੈਸਲਾ ਨੀ ਕਰਨ ਡਿਆ ਵੀ ਜਾਵਾਂ ਕਿੱਧਰ ਨੂੰ, ਇੱਧਰ ਨੂੰ ਕਿੱਲਾ ਵੱਧਦੇ ਉੱਧਰ ਨੂੰ ਡੇਢ ਵੱਧਦੇ, ਜਿੱਥੋਂ ਵੀ ਜਾਵਾਂਗਾ ਗੋਡੇ ਕੱਢਣ ਵਾਲੀ ਗੱਲ ਹੈ। ਸਾਰਾ ਕ੍ਰੈਡਿਟ ਬਾਹਰ ਵਾਲਿਆਂ ਨੂੰ, ਜਰਮਨ ਨੂੰ ਹੀ ਹੈ। ਬਿਲਕੁਲ ਜੀ, ਉਹਨਾਂ ਭਰਾਵਾਂ ਦੀ ਮਿਹਨਤ ਤੇ ਸਕੂਨ ਦੇ ਨਾਲ ਸੁੱਕੇ ਪੈਰ ਜਾਈਦਾ, ਸੁੱਕੇ ਪੈਰ ਆਈਦਾ। 2-2.5 ਕਰੋੜ ਰੁਪਈਆ ਲੱਗ ਗਿਆ, ਰੁਕਣਾ ਉੱਥੇ ਵੀ ਨਹੀਂ ਲੱਗੇ, ਮਿਹਨਤ ਹੀ ਕਰਦੇ ਨੇ ਨਾ। ਤੇ ਹੁਣ ਡਿਸਪੈਂਸਰੀ ਹੈ ਤੇ ਅੱਲਾ ਖੈਰ ਕੀਤੀ ਦਵਾਈਆਂ ਜਾ ਗਈਆਂ ਨੇ ਹੁਣ ਜੀ ਇਹਦਾ ਮਜ਼ਾ। ਮੈਂ ਨਾ ਡਿਸਪੈਂਸਰੀ ਹੈ, ਦਵਾਈਆਂ ਦਵਾਈਆਂ ਸ਼ਾਇਦ ਜਾ ਗਈਆਂ ਨੇ, ਦਿਹਾੜੀ ਦੂਜੇ ਉਹਦਾ ਵੀ ਸਤਾ ਹੋ ਜਾਣਾ, ਉਹ ਵੀ ਮੌਜ ਬਣ ਜਾਣੀ ਹੈ। ਉਹਨਾਂ ਨੂੰ ਪਤਾ ਹੀ ਸੀਟਾਂ ਛਡਾਉਣ ਵਾਲੀ ਦਵਾਈ, ਹਾਂ ਵੇਖਾ ਹੈ ਪੱਠੇ ਸਹੀ ਨੇ। ਹੁਣ ਸਪਰੇ ਤਾਂ ਨਹੀਂ ਮਾਰਨ ਦੀ ਲੋੜ, ਸਪਰੇ ਤਾਂ ਨਹੀਂ ਮਾਰਨ ਦੀ ਲੋੜ, ਇੱਕ ਮਾਰਨੀ ਹੈ, ਚਲੋ ਮਾਰ ਦਿੰਦੇ ਹਾਂ। ਵੇਖੋ ਦੋ ਜਣੇ ਬੈਠਿਆਂ ਰੌਣਕ ਬਣ ਗਈ ਹੈ ਨਾ, ਦੋ ਜਣੇ ਮੈਂ ਬੈਠਿਆਂ ਰੌਣਕ ਬਣ ਗਈ ਹੈ ਨਾ ਤੁਹਾਡੇ ਕੋਲ। ਚਾਚਾ ਹੁਣ ਉੱਥੇ ਢੇਰ ਲਾਉਣ ਲੱਗ ਪਿਆ, ਮੇਰੇ ਕੋਲ ਨਿਕਲਦੀ ਨੀ ਹੈ, ਮੈਂ ਇੱਥੇ ਢੇਰੀ ਲਾਉਣ ਲੱਗਾ, ਇੰਨੇ ਥਾਂ ਇਸ ਤਰ੍ਹਾਂ ਨਾ ਹੋ ਗਿਆ ਖੈਰ। ਚਾਚਾ ਸਟਾਲਾ ਖਿਲਾਉਣ ਲੱਗ ਪਿਆ ਵੀ,
ਵਧੀਆ ਜੀ, ਮਾਲਕ ਭਾਅ ਪਰਾਲੀ ਇਕੱਠੀ ਕਰ ਦੇਣੇ ਪਏ ਆ ਉੱਥੇ ਥੋੜ੍ਹੀ ਥੋੜ੍ਹੀ। ਚੈੱਕ ਕਰੋ ਹੋਰ ਸੁਣਾਓ, ਸਭ ਠੀਕ ਠਾਕ ਹੈ ਨਾ? ਹਾਂ, ਖਤਾ ਵਗਦਾ ਪਿਆ ਜਿੱਥੇ ਜਵੇਦ 'ਚ ਜਵੇਦ ਦੀ ਨਾ ਚੱਕੀ ਹੁੰਦੀ ਸੀ, ਰੂੜਾਂ ਵਾਲੀ ਪਿੰਜਣ ਵਾਲੀ ਵੀ ਹੁੰਦੀ। ਫਿਰ ਆਹ ਚਾਚਾ ਹੁੰਦਾ ਨਾ, ਹੋਰ ਚਾਚਾ ਮੁੰਜੀ ਮਾਈ ਚੰਗੀ ਹੋ ਗਈ ਹੈ ਨਾ? ਹਾਂ, ਸਾਰੇ ਦੋਸਤ ਬਾਈ ਭਾ ਹੱਸਣ ਵਾਸਤੇ ਨਾ ਖਸੂਸੀ ਦੁਆ ਕਰੋ, ਅੱਲਾਹ ਤਾਲਾ ਨੂੰ ਸਿਹਤ ਦੇ। ਨਹੀਂ ਉਂਝ ਵੀਡੀਓ ਹੀ ਹੁਣ ਤੇ। ਹਾਂ, ਕੀ ਹਾਲ ਚਾਲ? ਅਸੀਂ ਲੇਲੇ ਆਏ ਨੇ ਪਿੰਡ, ਅਸੀਂ ਤਾਂ ਆਹ ਵੇਖਣ ਆਏ ਮੈਂ ਤੇ ਸਮਾਲ ਕੇ, ਇਹ ਮੁੰਡਾ ਚੱਲ ਰਿਹਾ ਹੈ। ਮੰਡੀ ਜਾ ਕੇ ਲੱਗਦਾ ਮਾਲ ਕਿੰਨੇ ਦਾ ਹੈ? ਇਹ ਕਿੱਥੋਂ ਆਉਂਦੇ ਨਹੀਂ ਓਏ ਸਾਰੇ ਜੀ? ਪੰਜੇ ਜੀ ਪੈ ਗਏ 24,000 ਜਾ, 23,000 ਪੈ ਗਿਆ ਪੁੱਠਾ। ਮੁੰਦਰੇ ਐਵੇਂ ਲੱਗਦੇ ਨੇ, ਦੂਜੇ ਜੋੜੀ ਆਕੜੀ ਹੈ। ਤੇ ਬੱਕਰੀ ਕਿੰਨੇ ਦੀ ਲਈ ਆ? ਹਾਂ ਬਈ ਅਸ਼ਰ, ਹਾਂ ਜੀ ਜਾਜੂ, ਕੀ ਹਾਲ? ਠੀਕ ਹੋ? ਹੋਰ ਸਭ ਖਰੀਦ? ਡਿਸਪੈਂਸਰੀ ਦਾ ਸਤਾਹ ਹੁਣ ਕਿੱਦਣ ਕਰ ਰਹੇ ਹੋ? ਬਸ ਦਿਹਾੜੀ ਕਰ ਰਹੇ ਹਾਂ। ਉਹ ਵੀ ਜੀ ਮੁਕੰਮਲ ਵੀਡੀਓ ਬਣਾਵਾਂਗੇ। ਡਾਕਟਰ ਸਾਹਿਬ ਤੂੰ ਕਰਨਾ ਤੰਗ ਬੰਦਿਆਂ ਨੂੰ, ਉਹਨੇ ਬੜੇ ਆਸਾਨਾਂ ਨਾਲ ਸਾਰੇ ਬਹਿਓ 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 ਸਾਰੇ ਜੀ। ਵੇਖੋ ਵਾਪਸ ਲੈ ਕੇ ਜਾਓ, ਅਜੇ ਸ਼ਵਾਗ ਦਾ, ਅਜੇ ਤਾਜ ਦਾ, ਜੂਨੀਅਰ ਤਾਜ। ਡਾਕਟਰ ਸਾਹਿਬ ਵੀ ਆ ਗਏ ਨੇ। ਡਾਕਟਰ ਸਾਹਿਬ ਸੁਣਾਓ, ਮੁੰਜੀ ਮਾਈ ਚੰਗੀ ਹੋ ਗਈ ਹੈ? ਡਾਕਟਰ ਸਾਹਿਬ ਅਸਲ ਜੀ ਨਾ ਜਿੱਦਾਂ ਦੇ ਡੰਗਰ ਵੇਚ ਰਹੇ ਨੇ ਨਾ, ਵਿਹਲੇ ਹੋ ਗਏ ਨੇ ਬਹੁਤ ਹੀ, ਫਿਰ ਲੈ ਲੈਣੀ ਹੈ। ਅਜੇ ਜਵਾਈ ਸਾਹਿਬ ਦਾ ਛੋਟਾ ਸਾਹਿਬਜ਼ਾਦਾ ਯਸ, ਇਹਦੇ ਜਾਨ ਨੂੰ ਸਕੂਨ ਨਹੀਂ ਆ ਰਿਹਾ, ਰੇੜੀ ਨਾ ਪਿਆ ਪੰਗੇ ਲੈਣ ਦੀ ਹੈ। ਰੌਣਕਾਂ ਲੱਗੀਆਂ ਮਾਸ਼ਾਅੱਲਾ, ਗਲੀਆਂ ਪੱਕੀਆਂ ਮਾਸ਼ਾਅੱਲਾ, ਜਿਹੜੀਆਂ ਆਪਣੀ ਮਦਦ ਆਪ ਦੇ ਤਹਿਤ ਬਣੀਆਂ ਸਾਰੀਆਂ। ਐ ਵੇਖੋ ਇਹਦੇ ਕੰਮ ਜਿਹੜੇ ਜਿਹਨਾਂ ਸਾਰੇ ਪੁੱਠੇ ਹੀ ਆ ਯਾਸਰ ਦੇ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਮੇਸ਼ਾ ਕਾਸ਼ਿਫ 11 ਨੂੰ। ਸੁਣਾ ਠੀਕ ਹੈ? ਉਹ ਠੀਕ ਹੈ। ਅੱਛਾ ਸ਼ਵਾਗ ਦਾ ਛੋਟਾ ਜੀ ਸਾਹਿਬਜ਼ਾਦਾ ਨਾਲ ਭਾਵਸ਼ੀਰ, ਹਾਂਜੀ ਸੁਣਾਓ ਕੀ ਹਾਲ? ਠੀਕ ਹੋ? ਠੀਕ ਹੋ ਨਾ? ਹੋਰ ਤਬੀਅਤ ਵੀ ਠੀਕ ਰਹਿੰਦੀ ਹੈ? ਚੱਲ ਫਾਕ ਹੁਣ ਆਪਣੇ ਡੰਡ ਦੇ ਮਾਲਕ ਫਾ ਅੱਜ। ਚੱਲ ਬਾਈ ਫਿਲਹਾਲ ਨੇ ਜੁੱਤੀ ਵੇਖ ਲਾ ਕੇ ਸੁੱਟੀ। ਚੱਲ ਹਜੇ ਕਿਉਂ? ਚੱਲ 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 ਚੱਲ। ਚੱਲ ਤੇਰੀ ਖੈਰ, ਤਿੰਨ ਚਾਰ ਮਾਰਦੇ ਸ਼ਮਾਲੂ ਵੇਲ ਹੈ, ਮੁੰਡਾ ਡੰਡ ਮਾਰਦਾ ਪਿਆ।
ਹੈਂ ਤੂੰ ਪਾਪੜ ਖਾਈ ਆਉਂਦੇ ਆ ਲੱਗ ਗਿਆ ਕਰ ਜੱਟ ਜਰਾ ਚੱਲ ਠੀਕ ਹੈ ਬਸ ਬੜੇ ਨੇ ਤੇ ਜੇ ਜੱਟ ਬੈਠਾ ਹੈ ਮੈਂ ਕਿਹਾ ਯਾਸੀਨ ਦਾ ਬੇਟਾ ਹੈ ਖੈਰ ਬੜੀ ਛੇਤੀ ਵੀ ਛੜਿਆ ਇਹ ਸੁਆਗ ਧੜਕਣ ਲੱਗ ਪਿਆ ਆਂਦਾ ਬੀਜ ਵੀ ਛੜਿਆ ਏਡਾ ਤੇਜ਼ ਤੇ ਨਹੀਂ ਹੁੰਦਾ ਬਣਾ ਲਿਆਂਦੀ ਸ਼ਾਦੇ ਦੀ ਬਣਾ ਲਿਆਂਦੀ ਸ਼ਾਦੇ ਦੀ ਮਾਲ ਸ਼ੌਕ ਕਰੋ ਭਾਈ ਯਾਰ ਵੀ ਕੰਮ ਲਿਖਾ ਸੀ ਸੁਬਾਹ ਮੈਂ ਤੁਰੇਗਾ ਟਰੈਕਟਰ ਟਰੂਟਰ ਹੋ ਗਿਆ ਰੈਡੀ ਤਵੇ ਵੀ ਟਾਇਰ ਟੂਰ ਚੜ ਗਏ ਨੇ ਤਿਆਰ ਹੈ ਹੁਣ ਸਮਝ ਲਓ ਬਸ ਕੰਮ ਦਰਖਤਾਂ ਦੇ ਵਿੱਚੋਂ ਹੀ ਸੂਰਜ ਹੀ ਰੂਪ ਹੋਣ ਦਾ ਨਜ਼ਾਰਾ ਵੀ ਚੈੱਕ ਕਰੋ ਭਾਈ ਸਾਹਿਬ ਦਾ ਸਰਦੀਆਂ ਦਾ ਇੰਤਜ਼ਾਮ ਕਰਨ ਲੱਗ ਪਿਆ ਨੇ ਜਾਨਵਰਾਂ ਦਾ ਤੁਸੀਂ ਝਾੜੀ ਝੁੜੀ ਪਾ ਕੇ ਫਿਰ ਤੁਹਾਡਾ ਟਰੈਕਟਰ ਨਹੀਂ ਅੱਜ ਫਿਰ ਵੇਖ ਲਓ ਖੜਿਆ ਹੈ ਕੁਝ ਨਹੀਂ ਹੁੰਦਾ ਇਹਦੇ ਨਾਲ ਕਿਉਂ ਹੁੰਦੇ ਹੈ